मुर्दाबाद 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 मुर्दाबाद। पंजाब विधानसभा के शुक्रवार को बुलाए गए एक दिवसीय सत्र में कोविड संकट के कारण विधायकों की एंट्री भले ही सवालों में घिरी है, लेकिन सदन के भीतर माहौल काफी हंगामेदार रहने के आसार दिखाई दे रहे हैं। विपक्ष के तर्कस में सरकार पर हमलावर होने के लिए ढेरों मुद्दों के तीर हैं, जबकि राज्य सरकार इस बार पूरी तरह सुरक्षात्मक मोड में है और कोविड संकट का हवाला देकर खुद को हमलों से बचा लेने की कोशिश कर रही है। कुछ विधायकों के कोरोना टेस्ट पॉजिटिव आने के बाद आम आदमी पार्टी ने पूरी टेस्ट प्रक्रिया पर ही सवाल खड़े कर दिए हैं। आपने राज्य सरकार पर आरोप लगाया है कि पंजाब विधानसभा के एक दिवसीय सत्र से विपक्ष को बाहर रखने की साजिश रची जा रही है। शुक्रवार को ही विधायक पंजाब विधानसभा आपके विधायक अमन अरोड़ा, गुरु प्रताप सिंह वडाला ने स्वास्थ्य विभाग द्वारा कराए गए कोरोना टेस्ट की रिपोर्ट पर संदेह जताते हुए कहा कि इसके पीछे सरकार की बुरी नीयत का आभास हो रहा है। इसी तरह सरकार सदन में विपक्ष द्वारा उठाए जाने वाले मुद्दों से साफ बच जाएगी। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਤੁਹਾਡਾ ਆਪਣਾ ਅਮਨ ਅਰੋੜਾ, ਮੇਰੇ ਵੱਡੇ ਵੀਰ ਗੁਰਦਾਸ ਸੰਧਵਾਲ ਜੀ, ਐਮ ਐਲ ਏ ਕੋਟਪੁਰਾ, ਪ੍ਰੋਫੈਸਰ ਬਲਜਿੰਦਰ ਕੌਰ ਜੀ, ਐਮ ਐਲ ਏ ਤਲਵੰਡੀ ਸਾਹਿਬੋ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਅੱਜ ਇੱਕ ਦਿਨ ਦਾ ਨਹੀਂ, ਮਹਿਜ਼ ਦੋ ਢਾਈ ਘੰਟੇ ਦਾ ਸੈਸ਼ਨ ਹੈ ਜਿਹੜਾ ਉਹ ਹੋਣ ਜਾ ਰਿਹਾ ਹੈ, ਜਿਸ ਦੇ ਵਿੱਚ ਪੰਜਾਬ ਦੇ ਬਹੁਤ ਸਾਰੇ ਭੱਖਦੇ ਮੁੱਦੇ ਨੇ ਜਿਹੜੇ ਉਹ ਵਿਚਾਰੇ ਜਾਣੇ ਸੀਗੇ, ਪਰ ਕਿਉਂਕਿ ਸਰਕਾਰ ਇਹਨਾਂ ਮੁੱਦਿਆਂ ਤੋਂ ਭੱਜਣਾ ਚਾਹੁੰਦੀ ਹੈ, ਡਰਦੀ ਹੈ ਲੋਕਾਂ ਦੇ ਮਸਲਿਆਂ ਤੋਂ, ਇਸ ਕਰਕੇ ਬਹੁਤ ਸਾਰੇ ਸਾਡੇ ਜਿਹੜੇ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਉਹਨਾਂ ਨੂੰ ਮਨਜੀਤ ਸਿੰਘ ਬਿਲਾਸਪੁਰਾ ਪ੍ਰਿੰਸੀਪਲ ਬੁੱਧਰਾਮ ਦਾ ਪ੍ਰਾਇਮਰੀ ਕੰਟੈਕਟ ਡਿਕਲੇਅਰ ਕਰਕੇ ਉਹਨਾਂ ਨੇ ਆਪ ਹੀ ਉਹਨਾਂ ਨੂੰ ਉਹ ਕਰ ਦਿੱਤਾ, ਡਿਸਲੋ ਕਰ ਦਿੱਤਾ। ਪਰ ਮੈਂ ਸਮਝਦਾ ਕਿ ਅਸੀਂ ਲੋਕ ਆ ਜਿਹੜੇ ਅੰਦਰ ਪਹੁੰਚ ਗਏ ਹਾਂ ਅਤੇ ਪੰਜਾਬ ਦੇ ਲੋਕਾਂ ਦੇ ਮੁੱਦੇ ਨੇ ਜਿਹੜੇ ਉਹ ਅੰਦਰ ਚੱਕਾਂਗੇ, ਕਿਉਂਕਿ ਜਿਸ ਤਰੀਕੇ ਨਾਲ ਪੰਜਾਬ ਅੱਜ ਬਹੁਤ ਮੰਦਹਾਲੀ ਦੇ ਵਿੱਚੋਂ ਗੁਜ਼ਰ ਰਿਹਾ ਹੈ, ਚਾਹੇ ਉਹ ਖੇਤੀ ਆਰਡੀਨੈਂਸਿਸ ਦੀ ਗੱਲ ਹੈ, ਚਾਹੇ ਇਲੈਕਟ੍ਰਿਸਿਟੀ ਅਮੈਂਡਮੈਂਟ ਬਿੱਲ ਦੀ ਗੱਲ ਹੈ, ਚਾਹੇ ਕੋਰੋਨਾ ਦੇ ਨਾਲ ਜਿਸ ਤਰੀਕੇ ਨਾਲ ਮਹਾਂਮਾਰੀ ਬਾਕੀ ਸਾਰੇ ਮੁਲਕ 'ਚ ਘੱਟ ਰਹੀ ਹੈ ਪਰ ਪੰਜਾਬ ਦੇ ਵਿੱਚ ਵੱਧ ਰਹੀ ਹੈ, ਸ਼ਰਾਬ ਦੇ ਨਾਲ 125 ਮੌਤਾਂ ਨੇ ਜਿਹੜੀਆਂ ਉਹ ਪਿਛਲੇ ਦਿਨਾਂ 'ਚ ਹੋਈਆਂ ਨੇ, ਬੱਚਿਆਂ ਨੂੰ ਫੀਸਾਂ ਦੇ ਲਈ ਮਜਬੂਰ ਕੀਤਾ ਜਾ ਰਿਹਾ, ਐਸ ਸੀ ਸਕੋਲਰਸ਼ਿਪ ਦਾ ਘਪਲਾ ਕੱਲ੍ਹ ਹੀ ਤੁਹਾਡੇ ਸਾਰਿਆਂ ਦੇ ਸਾਹਮਣੇ ਆਇਆ, ਮੁਲਾਜ਼ਮ ਧਰਨਿਆਂ ਮੁਜ਼ਾਹਰਿਆਂ ਦੇ ਉੱਪਰ ਨੇ। ਸੋ ਇਹ ਸਾਰੇ ਮੁੱਦੇ ਚੱਕਣ ਦੇ ਲਈ ਅਸੀਂ ਵਿਧਾਨ ਸਭਾ ਦੇ ਵਿੱਚ ਪੰਜਾਬ ਦੇ ਲੋਕਾਂ ਦੀ ਆਵਾਜ਼ ਬਣ ਕੇ ਪਹੁੰਚੇ ਹਾਂ ਅਤੇ ਸਰਕਾਰ ਦਬਾਉਣ ਦੀ ਆਵਾਜ਼ ਨੂੰ ਜ਼ਰੂਰ ਕੋਸ਼ਿਸ਼ ਕਰੇਗੀ, ਪਰ ਲੋਕਾਂ ਦੇ ਸਹੀ ਨੁਮਾਇੰਦੇ ਹੋਣ ਦੇ ਨਾਤੇ ਇਹ ਮੁੱਦੇ ਅਸੀਂ ਸਰਕਾਰ ਦੇ ਜੋ ਕਿ ਕੁੰਭਕਰਨ ਦੀ ਸਥਿਤੀ ਪਈ ਉਹਨਾਂ ਤੱਕ ਜ਼ਰੂਰ ਪਹੁੰਚਾਵਾਂਗੇ। ਬੇਸ਼ੱਕ ਸਾਨੂੰ ਕਰੋਨਾ ਦਾ ਡਰ ਓਨਾ ਹੀ ਹੈ ਜਿੰਨਾ ਤੁਹਾਨੂੰ ਹੈ, ਅਸੀਂ ਵੀ ਚਾਹੁੰਦੇ ਵੀ ਸਾਡੇ ਸਾਥੀ ਸਾਰੇ ਜਿਹੜੇ ਐੱਮ ਐੱਲ ਏ ਸਾਹਿਬਾਨ ਨੇ, ਮੰਤਰੀ ਨੇ, ਸਾਰੇ ਸਿਹਤਮੰਦ ਰਹਿਣ, ਪਰ ਤੁਹਾਡੀਆਂ ਤਕਲੀਫਾਂ ਦਾ ਹੱਲ ਕਰਨ ਲਈ ਵਿਧਾਨ ਸਭਾ ਚੱਲਣੀ ਜ਼ਰੂਰੀ ਹੈ। ਤੁਸੀਂ ਸਾਡੀ ਡਿਊਟੀ ਲਾਈ ਹੈ, ਅਸੀਂ ਇਹ ਡਰ ਕੇ ਕਰੋਨਾ ਤੋਂ ਤੁਹਾਨੂੰ ਤੁਹਾਡੇ ਮੰਦੇ ਹਾਲਾਂ 'ਤੇ ਨਹੀਂ ਛੱਡ ਸਕਦੇ, ਇਸ ਕਰਕੇ ਅਸੀਂ ਸਰਕਾਰ 'ਤੇ ਦਬਾਅ ਪਾ ਰਹੇ ਕਿ ਇਸ ਸੈਸ਼ਨ ਨੂੰ ਲੰਬਾ ਕੀਤਾ ਜਾਵੇ, ਕਿਵੇਂ ਹਸਪਤਾਲਾਂ ਦੇ ਵਿੱਚ ਜਿਹੜੇ ਸਾਡੇ ਮਰੀਜ਼ ਨੇ ਕਰੋਨਾ ਨਾਲ, ਉਹਨਾਂ ਨੂੰ ਪਾਣੀ ਤੱਕ ਨਹੀਂ ਦਿੱਤਾ ਜਾ ਰਿਹਾ, ਐਡਾ ਵੱਡਾ ਹਾਲ, ਮਤਲਬ ਬੁਰੇ ਹਾਲ ਹੋ ਗਏ, 128 ਦੇ ਕਰੀਬ ਮੌਤਾਂ ਹੋ ਗਈਆਂ, ਪੱਤਰਕਾਰਾਂ ਨੂੰ ਕੁੱਟਿਆ ਜਾ ਰਿਹਾ, ਦੇਸ਼ ਦੇ ਪ੍ਰਦੇਸ਼ ਦੇ ਵਿੱਚ ਲੁੱਟਮਾਰ ਉਵੇਂ ਜਾਰੀ ਹੈ। ਸੋ ਇਹਨਾਂ ਸਾਰੀਆਂ ਗੱਲਾਂ ਨੂੰ, ਇੱਥੋਂ ਤੱਕ ਜਿਹੜੇ ਐੱਸ ਸੀ ਵਿਦਿਆਰਥੀ ਉਹਨਾਂ ਨੇ ਸਕੋਲਰਸ਼ਿਪ ਵੀ ਖਾਧੇ ਗਏ ਆ, ਸੋ ਇਹ ਸਾਰ ਦਾ ਵਿਰੋਧ ਕਰਨ ਲਈ ਅਸੀਂ ਇੱਥੇ ਆਏ ਹਾਂ, ਉਹਦਾ ਹੱਲ ਕਰਨਾ ਸਰਕਾਰ ਦਾ ਫਰਜ਼ ਹੈ, ਕਰੋਨਾ ਕਰਕੇ ਸਰਕਾਰ ਭੱਜ ਨਹੀਂ ਸਕਦੀ। ਵੈਸੇ ਤਾਂ ਇਹ 28 ਤਰੀਕ ਦਾ ਜਿਹੜਾ ਅੱਜ ਦੇ ਦਿਨ ਦਾ ਸੈਸ਼ਨ ਰੱਖਿਆ ਗਿਆ, ਮੈਨੂੰ ਇਹ ਅਸੀਂ ਇਹ ਸਾਰੇ ਸਮਝਦੇ ਹਾਂ ਕਿ ਇਹ ਬਹੁਤ ਛੋਟਾ ਆ, ਕਿਉਂਕਿ ਮੈਂ ਕਹਿੰਦੀ ਹਾਂ ਲੋਕਾਂ ਦਾ ਦਿਵਾਲਾ ਕੱਢ ਕੇ ਰੱਖ ਦਿੱਤਾ। ਕਰੋਨਾ ਨੇ ਤਾਂ ਜਦੋਂ ਪੰਜਾਬ ਦੇ ਲੋਕਾਂ ਨੂੰ ਖਤਮ ਕਰਨਾ, ਉਹ ਤਾਂ ਇੱਕ ਅਗਲਾ ਸਟੈਪ ਆ। ਮੈਨੂੰ ਇਹ ਲੱਗਦਾ ਪੰਜਾਬ ਸਰਕਾਰ ਜਿਹੜੀ ਆ ਉਹ ਪਹਿਲੇ ਪੰਜਾਬ ਦੇ ਲੋਕਾਂ ਨੂੰ ਖਤਮ ਕਰਨ 'ਤੇ ਤੁਰੀ ਹੋਈ ਆ। ਸੋ ਇਸ ਸਾਡੀ ਆਮ ਆਦਮੀ ਪਾਰਟੀ ਦੀ ਮੰਗ ਇਹ ਸੀ ਕਿ ਇਹਨੂੰ ਸੈਸ਼ਨ ਨੂੰ ਵਧਾ ਕੇ ਜਾਂ ਫਿਰ ਉਹਨੂੰ ਪੋਸਟਪੋਨ ਕਰਕੇ ਅੱਗੇ ਲੰਬਾ ਕੀਤਾ ਜਾਵੇ, ਕਿਉਂਕਿ ਪੰਜਾਬ ਦੇ ਬਹੁਤ ਸਾਰੇ ਮਸਲੇ 'ਤੇ ਜਿਨ੍ਹਾਂ 'ਤੇ ਗੱਲਬਾਤ ਕਰਨੀ ਜਿਹੜੀ ਆ ਉਹ ਬਹੁਤ ਜ਼ਰੂਰੀ ਆ, ਭਾਵੇਂ ਉਹ ਖੇਤੀਬਾੜੀ ਨਾਲ ਸੰਬੰਧਿਤ ਨੇ, ਭਾਵੇਂ ਉਹ ਸਾਡੇ ਸਕੂਲਾਂ ਨਾਲ, ਸਾਡੇ ਐਜੂਕੇਸ਼ਨ ਨਾਲ, ਫੀਸਾਂ ਨਾਲ ਰਿਲੇਟਡ ਨੇ, ਜਾਂ ਫਿਰ ਇਸ ਵੇਲੇ ਜਿਹੜੀ ਸਰਕਾਰ ਇੱਕ ਰੌਲਾ ਪਾ ਰਹੀ ਹੈ ਕਿ ਅਸੀਂ 500 ਕਰੋੜ
ਜਿਹੜਾ ਕਰੋਨਾ ਦੇ ਲਈ ਖਰਚ ਕੀਤਾ ਸੋ ਅਸੀਂ ਉਸ ਗੱਲ ਦੀ ਮੰਗ ਕਰ ਰਹੇ ਹਾਂ ਕਿ ਸਾਨੂੰ ਇੱਕ ਵਾਈਟ ਪੇਪਰ ਜਾਰੀ ਕਰਕੇ ਦੱਸਿਆ ਜਾਵੇ ਕਿ ਕਿੱਥੇ ਜਿਹੜਾ 500 ਕਰੋੜ ਖਰਚ ਕੀਤਾ ਜਾਂ ਕਿੱਥੇ ਆ ਜੇ 250 ਵੈਂਟੀਲੇਟਰ ਪੂਰੇ ਪੰਜਾਬ ਦੇ ਹਸਪਤਾਲਾਂ ਦੇ ਵਿੱਚ ਅਵੇਲੇਬਲ ਆ ਤਾਂ ਫਿਰ ਉਸ ਜਿਹੜਾ ਪੈਸਾ ਆ ਉਹਨੂੰ ਕੌਣ ਖੁਰਦ-ਬੁਰਦ ਕਰ ਗਿਆ ਸੋ ਇਹਨਾਂ ਮਸਲਿਆਂ 'ਤੇ ਗੱਲਬਾਤ ਕਰਨ ਦੇ ਲਈ ਅੱਜ ਅਸੀਂ ਭਾਵੇਂ ਸਾਡੇ ਬਹੁਤ ਸਾਰੇ ਸਾਥੀਆਂ ਨੂੰ ਰੋਕ ਦਿੱਤਾ ਗਿਆ ਹੈ ਨਹੀਂ ਆਉਣ ਦਿੱਤਾ ਗਿਆ ਅੰਦਰ ਪਰ ਅਸੀਂ ਉੱਥੇ ਜਾ ਕੇ ਜ਼ਰੂਰ ਆਪਣਾ ਆਪਰੇਸ਼ਨ ਦਾ ਰੋਲ ਜਿਹੜਾ ਆ ਉਹ ਅਦਾ ਕਰਾਂਗੇ। ताज़ा अपडेट्स व बड़ी खबरों के लिए सब्सक्राइब करें आज प्रकाश टीवी और बेल आइकन दबाना न भूलें।